ਦਵਾਉਣ ਕਿ ਅਸੀਂ ਕੱਲ ਨੂੰ ਜਿਹੜਾ ਉਹ ਰਿੰਗ ਰੋਡ ਤੇ ਜਾਵਾਂਗੇ ਕਿਉਂਕਿ ਜਿਹੜਾ ਮੈਪ ਇਹਨਾਂ ਨੇ ਦਿੱਤਾ ਹੈ ਅੱਗੇ ਉਹ ਜ਼ਿਆਦਾ ਹਰਿਆਣਾ ਹੈ ਉਹਦੇ ਵਿੱਚ ਤੇ ਜਿਹੜੇ ਰੋਡ ਅੱਗੇ ਵੀ ਜਾ ਕੇ ਆਉਂਦੇ ਨੇ ਉਹ ਸਿਰਫ ਪਿੰਡੂ ਇਲਾਕਾ ਹੈ ਦੋ ਤਿੰਨ ਪਿੰਡ ਆਉਂਦੇ ਨੇ ਤੇ ਇੰਡਸਟਰੀਅਲ ਏਰੀਆ ਹੈ ਹਨਾ ਸੋ ਇਹ ਚੀਜ਼ਾਂ ਦੱਸਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ ਸ਼ਾਂਤੀ ਨਾਲ ਰੌਲਾ ਪਾਵਾਂਗੇ ਤੇ ਉਹਦੇ ਨਾਲ ਆਪਣਾ ਨੁਕਸਾਨ ਹੈ ਆਪਾਂ ਸ਼ਰਾਰਤੀ ਅਨਸਰ ਨਹੀਂ ਅਖਵਾਉਣਾ ਆਪਾਂ ਸ਼ਰਾਰਤੀ ਅਨਸਰ ਨਹੀਂ ਅਖਵਾਉਣਾ ਆਪਾਂ ਸਾਰੇ ਕਿਸਾਨ ਹਾਂ ਆਪਣਾ ਜਿਹੜਾ ਪੱਖ ਆਪਾਂ ਰੱਖਿਆ ਹੈ ਉਹਨਾਂ ਦਾ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ ਸਾਰੇ ਸ਼ਾਂਤੀ ਬਣਾ ਕੇ ਰੱਖੋ ਵਾਹਿਗੁਰੂ 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 ਜੀ ਬੇਨਤੀ ਵਾਹਿਗੁਰੂ ਵਾਹਿਗੁਰੂ ਭਰਾਵੋ ਸਪੀਕਰ ਚੱਲ ਗਏ ਆ ਚੈੱਕ ਕਰ ਲਓ ਆਹ ਹੱਥ ਜੋੜ ਕੇ ਬੇਨਤੀ ਆ ਠੀਕ ਆ ਤੁਹਾਡੇ ਅੰਦਰ ਜਜ਼ਬਾ ਹੈ ਵੀਰਿਓ ਤੁਹਾਡੇ ਨਾਲ ਆ ਅਸੀਂ ਤੁਹਾਡੀ ਹਰ ਗੱਲ 'ਤੇ ਸਿਰ ਝੁਕਦਾ ਆ ਆਹ ਸਾਡੀਆਂ ਮਾਵਾਂ ਵੀ ਬੈਠੀਆਂ ਭੈਣਾਂ ਵੀ ਬੈਠੀਆਂ ਸਾਰਾ ਇੱਕ ਪਰਿਵਾਰ ਬੈਠੇ ਆ ਠੀਕ ਆ ਵੀਰਿਓ ਠੀਕ ਆ ਤੁਹਾਡੀ ਗੱਲ ਤੁਸੀਂ ਰੱਖੀ ਆ ਆਪਣੀ ਹੁਣ ਤੁਹਾਡਾ ਵੀ ਜਵਾਬ ਜ਼ਰੂਰ ਮਿਲੇਗਾ ਪਰ ਮੈਂ ਬੇਨਤੀ ਕਰਦਾ ਵੀਰੋ ਰੌਲਾ ਨਾ ਪਾਓ ਬਸ ਪਿਆਰ ਦੇ ਨਾਲ ਆਪਾਂ ਬੈਠੀਏ ਜਿੱਦਾਂ ਆਪਾਂ ਘਰ ਦੇ ਵਿੱਚ ਬੈਠੇ ਪਰਿਵਾਰ ਆ ਅਸੀਂ ਸਾਰਾ ਯਾਰ ਆਪਾਂ ਸਾਰੇ ਪਰਿਵਾਰ ਆ ਭਰਾ ਆ ਯਾਰ ਆਪਾਂ ਕਿਉਂ ਰੌਲਾ ਪਾਉਂਦੇ ਬਿਲਕੁਲ ਬੈਠੋ 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 ਵਾਹਿਗੁਰੂ ਬੈਠੋ ਮੇਰੇ ਬੈਠ ਜਾਓ ਮੇਰੇ ਵੀਰ ਵੀਰੋ ਆ ਜਾਂਦੇ ਬੇਨਤੀ ਆ ਮੇਰੇ ਭਰਾ ਬੈਠ ਜਾਓ ਬੈਠ ਜਾਓ ਬੈਠ ਜਾਓ ਆ ਤੁਹਾਡੇ ਘਰ ਹੱਥ ਜੋੜਦਾ ਮੈਂ ਤੁਹਾਡਾ ਛੋਟਾ ਵੀਰ ਆ ਹੱਥ ਜੋੜਦਾ ਤੁਹਾਡੇ ਘਰ ਆਹ ਵੇਖੋ ਮੇਰੇ ਭਰਾ ਸਾਰੇ ਆਪਾਂ ਆਏ ਹਾਂ ਆਪਾਂ ਸਾਰੇ ਘਰੋਂ ਹੀ ਆਏ ਹਾਂ ਦੋ ਦੋ ਮਹੀਨਿਆਂ ਤੋਂ ਸਾਰੇ ਆਪਾਂ ਆਏ ਹਾਂ 26 ਤਰੀਕ ਤੋਂ ਆਏ ਹਾਂ ਠੀਕ ਸਾਰੇ ਆਏ ਯਾਰ ਸਾਰੇ ਅੰਦਰ ਦਰਦ ਆ ਸਾਰਿਆਂ ਦੇ ਅੱਗੇ ਦਰਦ ਆ ਦੋ ਦੋ ਮਹੀਨੇ ਆਪਾਂ ਸੜਕਾਂ ਦੇ ਬੈਠੇ ਹਾਂ ਯਾਰ ਟੂਲ ਪਲਾਜ਼ਿਆਂ ਤੇ ਬੈਠੇ ਹਾਂ ਸੜਕਾਂ ਤੇ ਬੈਠੇ ਹਾਂ ਪੈਟਰੋਲ ਪੰਪਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਆਗੂ ਸਾਹਿਬਾਨ ਨੂੰ ਫੋਨ ਲਾਇਆ ਤੁਸੀਂ ਮੈਨੂੰ ਉਹਦਾ ਵਿਚਾਰ ਦਿਓ ਇਹਨੇ ਸਾਰੇ ਸਾਹਮਣੇ ਪਿਓ ਆ ਰਹੇ ਜਾਂ ਨਹੀਂ ਆ ਰਹੇ ਵੀਰ ਜੀ ਆ ਜਾਂਦੇ ਆ ਹੋਈ ਉਹਨਾਂ ਨਾਲ ਗੱਲ ਵੇਖ ਰਹੇ ਤੁਹਾਨੂੰ ਆ ਸਾਰੀ ਤੇ ਉੱਥੇ ਪਹੁੰਚ ਰਿਹਾ ਸਭ ਕੁਝ ਤੁਹਾਡਾ ਬੇਨਤੀ ਆ ਭਾਜੀ ਆਪਾਂ ਕੱਲ ਨੂੰ ਆਪਣੀਆਂ ਝੰਡੀਆਂ ਲੈ ਕੇ ਜਾਣਾ ਆਪਣੀਆਂ ਕਿਸਾਨ ਏਕਤਾ ਦੀਆਂ ਝੰਡੀਆਂ ਲੈ ਕੇ ਜਾਣਾ ਟੁੱਟੀਆਂ ਝੰਡੀਆਂ ਨਹੀਂ ਲੈ ਕੇ ਜਾਣਾ ਕਿਸਾਨ ਏਕਤਾ ਦੀਆਂ ਝੰਡੀਆਂ ਲੈ ਕੇ ਜਾਣਾ ਮੇਰੇ ਵੀਰਾਂ ਨੇ ਸਾਰਿਆਂ ਨੇ ਅੱਛਾ ਕਿਸਾਨ ਏਕਤਾ ਦੀਆਂ ਝੰਡੀਆਂ ਲਾ ਕੇ ਆਏ ਆ ਪੰਜਾਬ ਤੋਂ ਬੈਠੀਆਂ ਭੈਣਾਂ ਬੈਠੀਆਂ ਸਾਰਾ ਇੱਕ ਪਰਿਵਾਰ ਬੈਠੇ ਆ ਠੀਕ ਆ ਵੀਰੇ ਠੀਕ ਆ ਤੁਹਾਡੀ ਗੱਲ ਤੁਸੀਂ ਰੱਖੀ ਆ ਆਪਣੀ ਹੁਣ ਤੁਹਾਡਾ ਵੀ ਜਵਾਬ ਜ਼ਰੂਰ ਮਿਲੇਗਾ ਪਰ ਮੈਂ ਬੇਨਤੀ ਕਰਦਾ ਵੀਰੇ ਰੌਲਾ ਨਾ ਪਾਓ ਬਸ ਪਿਆਰ ਦੇ ਨਾਲ ਆਪਾਂ ਬੈਠੀਏ ਜਿੱਦਾਂ ਆਪਾਂ ਘਰ ਦੇ ਵਿੱਚ ਬੈਠੇ ਪਰਿਵਾਰ ਆ ਅਸੀਂ ਸਾਰਾ ਯਾਰ ਆਪਾਂ ਸਾਰੇ ਪਰਿਵਾਰ ਆ ਭਰਾ ਆ ਯਾਰ ਆਪਾਂ ਕਿਉਂ ਰੌਲਾ ਪਾਉਂਦੇ ਬਿਲਕੁਲ ਬੈਠੋ 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 ਵਾਹਿਗੁਰੂ ਬੈਠੋ ਮੇਰੇ ਬੈਠ ਜਾਓ ਮੇਰੇ ਵੀਰ ਵੀਰੋ ਆ ਜਾਂਦੇ ਬੇਨਤੀ ਆ ਮੇਰੇ ਭਰਾ ਬੈਠ ਜਾਓ ਬੈਠ ਜਾਓ ਬੈਠ ਜਾਓ ਆ ਤੁਹਾਡੇ ਘਰ ਹੱਥ ਜੋੜਦਾ ਮੈਂ ਤੁਹਾਡਾ ਛੋਟਾ ਵੀਰ ਆ ਹੱਥ ਜੋੜਦਾ ਤੁਹਾਡੇ ਘਰ ਆਹ ਵੇਖੋ ਮੇਰੇ ਭਰਾ ਸਾਰੇ ਆਪਾਂ ਆਏ ਹਾਂ ਆਪਾਂ ਸਾਰੇ ਘਰੋਂ ਹੀ ਆਏ ਹਾਂ ਦੋ ਦੋ ਮਹੀਨਿਆਂ ਤੋਂ ਸਾਰੇ ਆਪਾਂ ਆਏ ਹਾਂ 26 ਤਰੀਕ ਤੋਂ ਆਏ ਹਾਂ ਠੀਕ ਸਾਰੇ ਆਏ ਯਾਰ ਸਾਰੇ ਅੰਦਰ ਦਰਦ ਆ ਸਾਰਿਆਂ ਦੇ ਅੱਗੇ ਦਰਦ ਆ ਦੋ ਦੋ ਮਹੀਨੇ ਆਪਾਂ ਸੜਕਾਂ ਦੇ ਬੈਠੇ ਆ ਯਾਰ ਟੂਲ ਪਲਾਜ਼ਿਆਂ ਤੇ ਬੈਠੇ ਆ ਸੜਕਾਂ ਤੇ ਬੈਠੇ ਆ ਪੈਟਰੋਲ ਪੰਪਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਆਗੂ ਸਾਹਿਬਾਨ ਨੂੰ ਫੋਨ ਲਾਇਆ ਤੁਸੀਂ ਮੈਨੂੰ ਉਹਦਾ ਵਿਚਾਰ ਦਿਓ ਇਹਨੇ ਸਾਰੇ ਸਾਹਮਣੇ ਪਿਓ ਆ ਰਹੇ ਜਾਂ ਨਹੀਂ ਆ ਰਹੇ ਵੀਰ ਜੀ ਆ ਜਾਂਦੇ ਆ ਹੋਈ ਉਹਨਾਂ ਨਾਲ ਗੱਲ ਵੇਖ ਰਹੇ ਤੁਹਾਨੂੰ ਆ ਸਾਰੀ ਤੇ ਉੱਥੇ ਪਹੁੰਚ ਰਿਹਾ ਸਭ ਕੁਝ ਤੁਹਾਡਾ ਬੇਨਤੀ ਆ ਭਾਜੀ ਆਪਾਂ ਕੱਲ ਨੂੰ ਆਪਣੀਆਂ ਝੰਡੀਆਂ ਲੈ ਕੇ ਜਾਣਾ ਆਪਣੀਆਂ ਕਿਸਾਨ ਏਕਤਾ ਦੀਆਂ ਝੰਡੀਆਂ ਲੈ ਕੇ ਜਾਣਾ ਟੁੱਟੀਆਂ ਝੰਡੀਆਂ ਨਹੀਂ ਲੈ ਕੇ ਜਾਣਾ ਕਿਸਾਨ ਏਕਤਾ ਦੀਆਂ ਝੰਡੀਆਂ ਲੈ ਕੇ ਜਾਣਾ ਮੇਰੇ ਵੀਰਾਂ ਨੇ ਸਾਰਿਆਂ ਨੇ ਅੱਛਾ ਕਿਸਾਨ ਏਕਤਾ ਦੀਆਂ ਝੰਡੀਆਂ ਲਾ ਕੇ ਆਏ ਆ ਪੰਜਾਬ ਤੋਂ ਮੇਰੇ ਭਰਾਵੋ ਆ ਵੇਖੋ ਸਾਡੇ ਭੇਜੋ
फिर बह जाओ मेरे वीर, बह जाओ मेरे वीर। वेखो तुहानू मौका दिता ना, हुण साडी गल सुण लो, इत्थे आ जा मेरा वीर। वाहेगुरु जी का खालसा, वाहेगुरु जी की फतेह। बाई जी एक छोटी जी बेनती है सुनियो, ते पहली बेनती है कि जथेबंदियां नू कल सवेरे स्पीकर दे विच ऐलान हुंदा, ट्रैक्टर ते दो बंदे बैठ के जाणगे, एक ड्राइवर बैठूगा ते एक नाल होर बैठूगा, एक वलंटियर बैठूगा। दूजी वारी अलॉसमेंट हुंदी ने, पंज बंदे जाणगे, आपां ओह वी सुण लई। तीजी वारी अलॉसमेंट हुंदी स्टेज तो शामी 4 बजे दे करीब, कौन सिंग कर रहा ये नहीं मैनूं पता। कहिंदे ने कि पंज बंदे ट्रैक्टर ते जाणगे, पर उन्हां दे ट्रैक्टरां दे RC आधार कार्ड वगैरह सानू चैक कराओ। तुसीं दसो ट्रैक्टर तुहाडा ये पुट लगते ने चैक करन दे, बई दसो मैनू। दूजी गल, एक गल होर है, अज सवेरे अनाउंसमेंट हुंदी है, पंज वलंटियर इत्थे आओ, ट्रैक्टर लाइन बना के जाणगे। बाई जी मेरे ट्रैक्टर ते मेरा कोई साला नहीं लगता जिहड़ा मैनू दसूगा किन्ने बंदे बैठणगे, मैं देखूंगा किन्ने बंदे बिठाले ने, मैं एक बिठालना, मैं पंज बिठालने, ये मैं देखूंगा, मेरा कोई साला नहीं लगता। आप सत्कार करते जथेबंदियों का, पहला निशान साहब के मुद्दे से गल हुई, आप कोई गल नहीं, गल ठंडी हो गया मान ली। बाई जी एक मिनट, बाई जी एक मिनट वेले रोक रोक आना। दूजी गल खालिस्तान के मुद्दे से गल हुई, स्टेज पर कोई गल नहीं हो गई, चलो आप भी गल खत्म करती, मिट्टी पाओ आप पुराने मुद्दे कोई नहीं खोलने। तीजी गल, इन्होंने आपां नूं सद्दिया पंजाब तो 200-300 करोड़ खर्च के डीजल का, आप इतने कहदे वास्ते आए थी। बाई जी हरियाणे से गेड़ा मार, पिंड थोड़े सी साडे कोल, उत्थे नहीं मार सकते सी गेड़ा, सी 200-300 करोड़ का डीजल फूक के आप इतने गेड़ा मारना आए हैं। बाई जी दसो मैनू गेड़ा मारना है, नहीं आए ना। फिर आपां नूं रिंग रोड दस के सद्दिया गया कि रिंग रोड से जाना, बाई जी यही दस्या ना, ते तुसीं कहदे वास्ते आए हो, रिंग रोड वास्ते जां कुत्थे, रिंग रोड वास्ते आए हो ना। फिर आपां जाना रिंग रोड ते ही है, चाहे इन्हां दी सहमति नाल जाइए चाहे बिना सहमति तो जाइए, कितें ये ना होवे असीं जिहड़े श्री साहब नेजे पासे डंडे रखे हुए ने ना पुलिस वास्ते, जां अपने ते खाण नूं, जां मोहरे अपनी सेफ्टी वास्ते किसे नूं मारन वास्ते नहीं रखे हुए, कितें ये ना होवे सानूं, कितें ये ना होवे सानूं सारा सिस्टम अपने ते लेना पैजे, अपने बंदे नाल ना पैसना पवे, आपां ने अपनी सेफ्टी वास्ते। बाई जी दसो बोले का कहना जी, बिल्कुल दिल्ली करांगे, जिवें इन्हें रूट प्लान दसदा ना, सिंघू बॉर्डर तो इन्हें सानू घुमाया, बवाणा हो गए चल राई मोड़ तां वे लंघ जाओ पंजाब नूं, बई 28 तरीक नूं उधरों टिकरी बॉर्डर वाले नूं घुमाया, तुसीं भी मुड़ जाओ पंजाब नूं, गाड़िया बॉर्डर वाले नूं घुमाया, तुसीं भी मुड़ जाओ, पलवल वाले नूं घुमाया, तुसीं भी मुड़ जाओ, बिल्कुल नहीं मुड़ना। जिहड़े रास्ते जांदे ना सीधे दिल्ली च बणदे ने, सीधे ही बणांगे, कोई मोड़ घेर नहीं होणा अपना। हांजी ਨਵੰਬਰ ਦੀ ਗੱਲ ਕਰ ਰਹੇ ਹਾਂ, ਪਰ ਸਾਨੂੰ ਉੱਥੇ ਬਾਰਡਰ ਤੇ ਕੋਈ ਨਹੀਂ ਦਿਖਿਆ, ਉੱਥੇ ਜਾ ਕੇ ਸਾਈਡ ਤੇ ਬਹਿ ਗਏ। ਬਾਈ ਜੀ ਸਪੀਕਰ ਚਲਾਓ, ਪਿੱਛੇ ਬੰਦਿਆਂ ਨੂੰ ਪਤਾ ਲੱਗੇ ਕੀ ਹੋ ਰਿਹਾ, ਚਲਾਓ ਸਪੀਕਰ, ਸਪੀਕਰ ਚਲਾਓ। ਜਦੋਂ ਤੁਸੀਂ ਲੌਸਮੈਂਟਾਂ ਕਰਦੇ ਹੋ ਆਪਣੀਆਂ, ਤੁਹਾਡੇ ਧੁਰ ਤੱਕ ਸਪੀਕਰ ਚੱਲਦੇ ਨੇ, ਜਦੋਂ ਸਾਡੀ ਵਾਰੀ ਆ ਗਈ ਤੁਹਾਡੇ ਖਿਲਾਫ ਹੋ ਗਿਆ, ਫਿਰ ਤੁਸੀਂ ਮਾਈਕ ਵੀ ਬੰਦ ਕਰਨ ਨੂੰ ਜਾਂਦੇ ਹੋ, ਕਿਉਂ ਬਾਈ ਜੀ? ਬਿਲਕੁਲ ਜੀ, ਬਿਲਕੁਲ ਬਿਲਕੁਲ, ਜੇ ਸਪੀਕਰ ਨਾ ਚਲਾਏ ਗਏ, ਜੇ ਸਪੀਕਰ ਨਾ ਚਲਾਏ ਗਏ ਤਾਂ ਇਹੀ ਇਕੱਠ ਹੜ ਵਾਂਗੂ ਪਿੱਛੇ ਜਾਊਗਾ, ਧੁਰ ਤੱਕ ਇਸੀ ਪ੍ਰਚਾਰ ਕਰਦਾ, ਪਰੇਡ ਰੋਡ ਰਿੰਗ ਰੋਡ, ਇਹ ਇੱਕੋ ਸ਼ਬਦਾਂ ਦੇ ਵਿੱਚ ਗੱਲ ਸੁਣ ਲਓ, ਆਪਾਂ ਕਿਸੇ ਪਾਸੇ ਮੋੜ ਕੇ ਨਹੀਂ ਮੁੜਨਾ। ਔਰ ਇੱਕ ਗੱਲ ਮੇਰੀ ਹੋਰ, ਜਿਹੜੇ ਬੰਦੇ ਮੇਰੀ ਇਸ ਗੱਲ ਨਾਲ ਦਿੱਲੀ ਦੇ ਵਿੱਚ ਜਾਣ ਵਾਸਤੇ ਸਹਿਮਤ ਨੇ, ਉਹ ਸਾਰੇ ਰਿੰਗ ਰੋਡ 'ਤੇ ਜਾਣ ਵਾਸਤੇ, ਦਿੱਲੀ 'ਚ ਵੜਨ ਵਾਸਤੇ, ਉਹ ਹੱਥ ਖੜ੍ਹੇ ਕਰਕੇ ਇੱਕ ਵਾਰੀ ਬਾਈ ਜੀ, ਕੋਈ ਸਾਡਾ ਸਾਲਾ ਨਹੀਂ ਲੱਗਦਾ ਜਿਹੜਾ ਸਾਤੋਂ RC ਮੰਗਦਾ, ਸਾਤੋਂ ਆਧਾਰ ਕਾਰਡ ਮੰਗਦਾ, ਸਾਨੂੰ ਪੰਜਾਬ ਤੋਂ ਇੱਥੇ RC ਵੱਧ ਕੇ, ਬਿਲਕੁਲ ਕਿਹਾ ਬਾਈ ਜੀ, ਮੈਂ ਸੁਣਿਆ, ਬਾਈ ਜੀ ਬਿਲਕੁਲ ਕਿਹਾ, ਮੈਂ ਸੁਣਿਆ, ਤੁਸੀਂ ਸੁਣਿਆ ਕਿਹਾ ਨਾ ਬਾਈ ਜੀ, ਕਿਹਾ ਨਾ ਵੀਰੋ, ਇਹ ਵੀਰ ਨੇ ਕਿਹਾ ਹੈ ਵੀ ਇੱਥੋਂ ਅਨਾਉਂਸਮੈਂਟ ਕੀਤੀ ਗਈ ਆ ਵੀ ਆਪਣੇ RC ਦੇਣੀ ਚਾਹੀਦੀ ਆ,
मैं कहना कीती आ मैं नहीं मुकरदा कीती आ गल गल तो सुन लो गल सुनो गल सुनो गल सुनो ओ ना बेनती पता किनू कीती आ मेरी तो गल सुन लो ना बेनती वह की भीर जी जिन्होंने झाकिया मतलब जिन्हें आप सारा झाकिया खालनिया ना वह वीर का बस प्रूफ दे दौ बाकी नहीं कहा बिल्कुल नहीं।